ਹੈਲੋ ਦੋਸਤੋ, ਅੱਜ ਆਪਾਂ ਜੋ ਗੱਲ ਕਰ ਰਹੇ ਹਾਂ 7th ਕਲਾਸ ਦੀ ਜੋ ਸੈਕੰਡ ਵੀਕਲੀ ਵਰਕਸ਼ੀਟ ਆਈ ਹੈ ਉਹਦੇ ਮੈਥ ਦੇ ਸੋਲੂਸ਼ਨ ਕੀਤੇ ਗਏ। ਵੈਰੀ ਫਸਟ ਕੁਐਸਚਨ, ਜੇਕਰ 15,205 ਦਾ ਸਥਾਨ 1 by 1 ਜਿਵੇਂ ਪੜ੍ਹੀ ਜਾਂਦੇ ਆਪਾਂ ਉਵੇਂ ਸੋਲਵ ਕਰਾਂਗੇ, ਅਤੇ 2659 ਵਿੱਚ 6 ਦਾ ਸਥਾਨ 600, ਇਹਨਾਂ ਦਾ ਜੋੜ ਕਰਤਾ 5600 ਆ ਗਿਆ, ਅਤੇ ਉਹ 7 ਗੁਣਾ ਏ ਦੇ ਬਰਾਬਰ ਹੈ। ਇਹਦਾ ਮੁੱਲ ਪਤਾ 5600 ਨੂੰ ਆਪਾਂ 7 ਨਾਲ ਵੰਡ ਦਾਂਗੇ, 8 × 7 = 800। ਨੈਕਸਟ, ਕਾਪੀਆਂ ਬਣਾਉਣ ਲਈ ਕਾਗਜ਼ ਦੀਆਂ 75,000 ਸ਼ੀਟਾਂ, ਹਰੇਕ ਸ਼ੀਟ ਤੋਂ ਇੱਥੋਂ ਕਾਪੀ ਦੇ 8 ਪੰਨੇ ਬਣਦੇ ਆ, ਤਾਂ ਕਲੀਅਰ ਹੈ ਜਿਹੜੀਆਂ 75,000 ਸ਼ੀਟਾਂ ਨੇ ਇੱਕ 'ਚੋਂ 8 ਪੰਨੇ ਬਣਦੇ, ਤਾਂ ਕੁੱਲ ਇੰਨੇ ਪੰਨੇ। ਉਦੋਂ ਬਾਅਦ ਹਰੇਕ ਕਾਪੀ ਦੇ 200 ਪੰਨੇ ਨੇ, ਤਾਂ ਕਿੰਨੀਆਂ ਕਾਪੀਆਂ ਹੋਣਗੀਆਂ? ਤਾਂ ਸੋਲਵ ਕੀਤਾ 3000 ਕਾਪੀ, 101 ਦੀ ਅਗੇਤਰ ਸਕਸੈਸਰ, 101 ਦੀ ਪਿਛੇਤਰ, ਉਹਦੀ ਗੁਣਾ ਕਰਨੀ ਹੈ 10,000। ਨੈਕਸਟ, 72,01,85,000 ਆਪਣੀ ਸਰ ਆਪਾਂ ਚੈੱਕ ਕਰੀਏ, ਭਾਰਤੀ ਸੰਖਿਆ ਪ੍ਰਣਾਲੀ ਵਿੱਚ 12 ਮਿਲੀਅਨ, ਪਹਿਲਾਂ ਆਪਾਂ 12 ਮਿਲੀਅਨ ਨੂੰ ਲਿਖਦੇ ਹਾਂ, ਆਹ ਭਾਰਤ ਆਪਣੀ ਇੰਟਰਨੈਸ਼ਨਲ ਸੰਖਿਆ, ਅਤੇ ਆਪਣੇ ਕਿਵੇਂ ਲਿਖੀ ਜਾਂਦੀ ਹੈ ਭਾਰਤੀ ਸੰਖਿਆ ਪ੍ਰਣਾਲੀ 'ਚ? ਪਿੱਛੋਂ 3 ਜ਼ੀਰੋਆਂ, ਫਿਰ 2 2, ਆ ਗਿਆ 1,30,00,000। ਠੀਕ, ਨੈਕਸਟ, 10,000, 10 ਸੈਂਕੜੇ ਅਤੇ 10 ਇਹਦੇ ਬਰਾਬਰ ਹੈ, ਕਿੰਨਾ ਆ ਗਿਆ? ਹੇਠਾਂ ਦਿੱਤੀ ਸਾਰਣੀ ਪੜ੍ਹੋ, ਆਪਾਂ ਨੂੰ ਇੱਥੇ ਦੱਸ ਸੂਰਜ ਸੀ, ਕੈਨੋਪਸ, ਆਰਕਟਰਸ, ਉਹਨਾਂ ਦੇ ਨਾਲ ਵਿਆਸ ਦੇ ਰਹੇ। ਕਹਿੰਦੇ ਭਾਰਤੀ ਸੰਖਿਆ ਪ੍ਰਣਾਲੀ ਵਿੱਚ ਕੈਨੋਪਸ ਅਤੇ ਆਰਕਟਸ, ਕੈਨੋਪਸ ਕਿੱਥੇ ਆ ਰਿਹਾ ਅਤੇ ਆਰਕਟਸ ਆ ਗਿਆ, ਕਹਿੰਦੇ ਇਹਨਾਂ ਦਾ ਅੰਤਰ ਪਤਾ ਆਪਾਂ ਕਰਦੇ ਹਾਂ। ਇੱਥੇ ਹੈਗਾ 2594,100 ਭਾਰਤੀ ਸੰਖਿਆ ਪ੍ਰਣਾਲੀ ਕੀ ਆਪਾਂ ਕੌਮੇ, 1988,88,200 ਥੋੜ੍ਹਾ ਕੌਮੇ ਕੀ ਲੱਗਣਾ, ਇੱਕ ਇੱਥੇ ਇੱਕ, ਹੁਣ ਮਾਈਨਸ ਕਰਨ 100, 8 3 11, 1 9 0, ਆਪਣਾ ਆਂਸਰ ਆ ਗਿਆ 60। ਇੱਕ ਮੋਬਾਈਲ ਨੰਬਰ ਵਿੱਚ 10 ਅੰਕ, 2 3 4 5 6, ਕਹਿੰਦੇ ਪਹਿਲੇ 4 ਅੰਕ ਤਾਂ ਹੈਗੇ 9 9 8, ਅਖੀਰਲੇ 3 ਨੇ 3 5 5, ਇਹ ਕਨਫਰਮ ਕਰਕੇ, ਅਤੇ ਕਹਿੰਦੇ ਬਾਕੀ ਅੰਕ ਵੱਖਰੇ ਨੇ, ਬੜੇ ਇੰਪੋਰਟੈਂਟ, ਬਾਕੀ ਡਿਫਰੈਂਟ, ਅਤੇ ਮੋਬਾਈਲ ਨੰਬਰ ਨੂੰ ਵੱਡੀ ਸੰਖਿਆ, ਤਾਂ ਪਹਿਲਾਂ ਤਾਂ ਇਹ ਦੇਖੋ ਉਰੇ ਕਿਹੜੇ ਕਿਹੜੇ ਸੰਖਿਆਵਾਂ ਨੇ ਆਪਣੀਆਂ, ਕਿਉਂਕਿ ਉਹ ਡਿਫਰੈਂਟ ਹੋਣੀ ਚਾਹੀਦੀ, ਕਿਹੜੇ ਕਿਹੜੇ ਪਿੱਛੇ, ਦੇਖੋ 6 ਬਚ ਗਈ, 4 ਬਚ ਗਈ, 2 ਬਚ ਗਈ, 1 ਬਚ ਗਈ, ਆਹੀ ਬਚ ਗਿਆ ਨਾ, ਤਾਂ ਉਰੇ ਵੱਡੀਆਂ ਸੰਖਿਆਵਾਂ ਕਿਹੜੀਆਂ ਆ ਜਾਣਗੀਆਂ। ਨੈਕਸਟ,
ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਸੋ ਦ ਫੋਲੋਇੰਗ ਇਜ਼ ਨਾਟ ਦੋ ਵੱਖਰੀਆਂ ਅਭਾਸ ਸੰਖਿਆਵਾਂ ਦੋ ਸਹਿ ਅਭਾਸ ਸੰਖਿਆਵਾਂ ਦਾ ਮਹੱਤਵ ਇੱਕ ਦੋ ਲਗਾਤਾਰ ਜਿਸ ਦਾ ਮਹੱਤਵ ਦੋ ਹੁੰਦਾ ਹੈ ਇੱਕ ਜਿਸਤ ਅਤੇ ਇੱਕ ਟਾਂਗ ਦਾ ਮਹੱਤਵ ਜਿਸ ਹੁੰਦਾ ਜੋ ਇੱਕ ਹੁੰਦਾ। ਨੈਕਸਟ ਕਿਹੜਾ ਗਲਤ ਹੈ? ਅਭਾਸ ਸੰਖਿਆਵਾਂ ਦੀ ਗਿਣਤੀ ਅਨੰਤ ਹੈ, ਸਾਰੀਆਂ ਅਭਾਸ ਸੰਖਿਆਵਾਂ ਟਾਂਗ ਕਿਉਂਕਿ ਦੋ ਇੱਕ ਅਜਿਹੀ ਅਭਾਸ ਸੰਖਿਆ ਹੈ ਜਿਹੜੀ ਬਾਕੀ ਅੱਗੇ ਜਾਣ ਦੀ ਆਪਾਂ ਨੂੰ। ਗਿਆਰਵਾਂ ਕੁਸ਼ਚਨ ਇੱਕ ਬੜਾ ਇੰਟਰਸਟਿੰਗ ਕੁਸ਼ਚਨ ਹੈ, ਇੱਥੇ ਬੜੇ ਕਨਫਿਊਜ਼ਨ ਬਣਦੀ ਹੈ ਕੁਸ਼ਚਨ ਹੈ। ਕਹਿੰਦੇ ਦੋ ਪ੍ਰਕਿਰਤਿਕ ਸੰਖਿਆਵਾਂ ਪੀ ਅਤੇ ਕਿਊ ਦੇ ਸਬੰਧ, ਪੀ ਇੱਕ ਅਭਾਸ ਸੰਖਿਆ ਪ੍ਰਾਈਮ ਨੰਬਰ ਹੈ ਅਤੇ ਕਿਊ ਇੱਕ ਅਭਾਸ ਸੰਖਿਆ ਕੰਪੋਜ਼ਿਟ। ਕਹਿੰਦੇ ਪੀ ਗੁਣਾ ਕਿਊ ਇੱਕ ਟਾਂਗ, ਦੇਖੋ ਉਹਦੇ ਸਭ ਤੋਂ ਵੱਡੀ ਪ੍ਰੋਬਲਮ ਜਿਹੜਾ ਵਰਡ ਆ ਗਿਆ ਨਾ ਹੋ ਸਕਦੀ ਹੈ ਇਹਦੀ ਸਭ ਤੋਂ ਜਿਹਦਾ ਹੁੰਦਾ ਦੇਖੋ ਪੀ ਗੁਣਾ ਕਿਊ ਇੱਕ ਟਾਂਗ ਸੰਖਿਆ ਕਿ ਪੀ ਗੁਣਾ ਕਿਊ ਟਾਂਗ ਹੈ ਫਿਰ ਗਲਤ ਹੁੰਦਾ ਕਿਉਂਕਿ ਜੇ ਇਹ ਅਭਾਸ ਦੋ ਹੁੰਦੀ ਤਾਂ ਜਿਸਤ ਬਣ ਪਰ ਹੋ ਸਕਦੀ ਹੈ ਆਪਾਂ ਲਿਖ ਸਕਦੇ ਹਾਂ ਕਿਊ ਵਟੇ ਪੀ ਇੱਕ ਅਭਾਸ ਅਗੇਨ ਸੇਮ ਪ੍ਰੋਬਲਮ ਹੈ। ਹੁਣ ਕਿਊ ਵਟੇ ਇੱਕ ਕਿਊ ਆਪਾਂ ਚਾਰ ਆ ਗਿਆ ਉਹ ਦੋ ਆ ਗਿਆ ਪਰ ਇਨ ਕੇਸ ਅਸੀਂ ਅੱਠ ਵਟੇ ਦੋ ਕਰਾਂਗੇ ਤਾਂ ਇਹ ਨਹੀਂ ਹੋਣਾ ਤਾਂ ਬਟ ਉਰੇ ਵਰਡ ਆ ਗਿਆ ਕੈਨ ਵੀ ਤਾਂ ਇਸ ਕੁਸ਼ਚਨ 'ਚ ਉਰੇ ਸਾਰੇ ਸਹੀ ਆਉਣਗੇ ਅਗਰ ਉਰੇ ਵਰਡ ਹੋ ਸਕਦਾ ਨਹੀਂ ਆਉਂਦਾ ਫਿਰ ਤਿੰਨੋਂ। ਨੈਕਸਟ ਇੱਕ ਸਮੂਹ ਦਿੱਤਾ ਉਹ 'ਚ ਕਿੰਨੀਆਂ ਸੰਖਿਆਵਾਂ ਪੰਜ ਨਾਲ ਵੰਡੀ ਤੁਹਾਨੂੰ ਬੈਸਟ ਤਰੀਕਾ ਦੱਸ ਦੇਖੋ ਆਪਾਂ ਨੂੰ 200 ਤੋਂ ਲੈ ਕੇ 300 ਤੱਕ ਆਪਾਂ ਕੀ ਕਰਾਂਗੇ ਆਪਾਂ ਪਹਿਲਾਂ ਇੱਕ ਤੋਂ ਸ਼ੁਰੂ ਕਰ ਦਾਂਗੇ ਕਹਿਣ ਦਾ ਮਤਲਬ ਇਹਨੂੰ ਪੰਜ ਨਾਲ ਵੰਡੋ ਕਿੰਨਾ ਆ ਗਿਆ 60 ਪੂਰੇ ਕਿੰਨਾ 195 ਦਾ ਪਿਛਲਾ ਪੰਜ 195 ਨੂੰ ਪੰਜ ਨਾਲ ਵੰਡੋ ਇਹ ਕਿੰਨਾ ਆ ਗਿਆ 39 60 ਚੋਂ ਕਿੰਨੀਆਂ ਸੰਖਿਆ ਸੰਖਿਆ ਹੁਣ ਅੱਗੇ ਕੀ ਹੈ ਪੈਟਰਨ ਦੇਖੋ ਇੱਕ ਪਲੱਸ ਤਿੰਨ ਚਾਰ ਇੱਕ ਪਲੱਸ ਇਹਦਾ ਤਰੀਕਾ ਕੀ ਆ ਦੇਖੋ ਅਗਰ ਦੋ ਨੂੰ ਜੋੜਿਆ ਤਾਂ ਦੋ ਵਾਰ ਗੁਣਾ ਕੀਤਾ ਤਿੰਨ ਲਗਾਤਾਰ ਟਾਂਗ ਸੰਖਿਆ ਚਾਰ ਲਗਾਤਾਰ ਟਾਂਗ ਸੰਖਿਆ ਚਾਰ ਦੀ ਚਾਰ ਹੁਣ ਇੱਥੇ ਕਿੰਨੀਆਂ ਜੋੜੀਆਂ ਇੱਕ ਦੋ ਤਿੰਨ ਤਾਂ ਨੌ ਸੰਖਿਆਵਾਂ ਜੋੜੀਆਂ ਨੌ ਨੂੰ ਨੌ ਨਾਲ ਗੁਣਾ ਕਰ ਠੀਕ ਹੈ। ਨੈਕਸਟ ਬੜਾ ਵਧੀਆ ਕੁਸ਼ਚਨ ਹੈ ਦੇਖੋ ਕਹਿੰਦੇ ਇੱਕ ਪੰਜ ਅੰਕਾਂ ਦੀ ਸੰਖਿਆ ਪੰਜ ਨਾਲ ਵੰਡੀ ਜਾਂਦੀ ਹੈ ਪਰ 10 ਨਾਲ ਇਹਦਾ ਮਤਲਬ ਕਲੀਅਰ ਹੈ ਪਿੱਛੇ ਪੰਜ ਆ ਦਸਵਾਂ ਕਿਹੜਾ ਹੋ ਗਿਆ ਆ ਹੋ ਗਿਆ ਬਾਰਵਾਂ ਕਿਹੜਾ ਹੋ ਗਿਆ ਆ ਹੋ ਗਿਆ ਉਹਦੇ ਸਥਾਨਾਂ 'ਤੇ ਦੂਜੀ ਅਤੇ ਤੀਜੀ ਅਭਾਸ ਸੰਖਿਆ ਹੁਣ ਅਭਾਸ ਸੰਖਿਆ ਸ਼ੁਰੂ ਕਿੱਥੋਂ ਹੁੰਦੀ ਹੈ ਦੋ ਤਿੰਨ ਤਾਂ ਦੂਜੀ ਆ ਹੋ ਗਈ ਤੀਜੀ ਆ ਇੱਥੇ ਦੂਜੀ ਹੈ ਇੱਥੇ ਤੀਜੀ ਸੰਖਿਆ ਅਤੇ ਸੈਂਕੜੇ ਸਥਾਨ 'ਤੇ ਜਿਸ ਅਭਾਸ ਸੰਖਿਆ ਆ ਰਹੀ ਅਤੇ 10,000 'ਤੇ ਇਹਦਾ ਅੱਧਾ ਇਹਦਾ ਅੱਧਾ ਕੀ ਹੋ ਗਿਆ ਇੱਕ ਆਨਸਰ ਕੀ ਆ ਗਿਆ 1,000। ਨੈਕਸਟ ਸਭ ਤੋਂ ਛੋਟੀ ਤਿੰਨ ਅੰਕਾਂ ਦੀ ਸੰਖਿਆ ਅਤੇ ਸਭ ਤੋਂ ਵੱਡੀ ਦੋ ਅੰਕਾਂ ਦੀ ਗੁਣਾ ਕੀਤੀ ਗਈ ਧਰਤੀ ਅਤੇ ਗੁਣਨਫਲ ਨੂੰ ਸਭ ਤੋਂ ਛੋਟੀ ਦੋ ਅੰਕਾਂ ਦੀ ਟਾਂਗ ਸੰਖਿਆ ਨਾਲ ਵੰਡਿਆ ਗਿਆ ਦੇਖੋ ਆਹ ਬੜਾ ਇੱਕ ਵਧੀਆ ਸਭ ਤੋਂ ਛੋਟੀ ਦੋ ਅੰਕਾਂ ਦੀ ਟਾਂਗ ਸੰਖਿਆ ਕਿਉਂਕਿ ਇਕੱਲੀ ਦੋ ਅੰਕਾਂ ਦੀ ਸੰਖਿਆ 10 ਹੈ ਟਾਂਗ ਕਿਹੜੀ ਹੋ ਗਈ 11 ਉਹਦੇ ਨਾਲ ਵੰਡਿਆ ਗਿਆ ਬੱਚਿਓ ਦੋਸਤੋ ਇਹ ਸੀ ਆਪਣਾ 7ਵੀਂ ਕਲਾਸ ਦੀ ਸੈਕਿੰਡ ਪ੍ਰੈਕਟਿਸ ਥੈਂਕ ਯੂ।